ਭਾਈ ਜੀ ਆਪਣੇ ਬੱਚਿਆਂ ਦੇ ਲਈ ਪਿਆਰੇ ਪਿਆਰੇ ਕਤੂਰੇ ਲੈਂਦੇ ਨੇ ਨਾ ਖੇਡਣ ਵਾਸਤੇ ਕਤੂਰੇ ਲੈਂਦੇ ਲਈ ਇੱਕ ਵਾਰ ਲੌਂਗੋਵਾਲ ਮਾਰਕੀਟ ਦੇ ਵਿੱਚ ਜ਼ਰੂਰ ਪਹੁੰਚੋ ਪੂਰੇ ਜਾਇਜ਼ ਰੇਟ ਦੇ ਵਿੱਚ ਇੱਥੋਂ ਕਤੂਰੇ ਮਿਲਦੇ ਨੇ ਸਨੋ ਵਾਈਟ ਆ ਬਾਈ ਦੇਖ ਸਕਦੇ ਹੋਗੇ ਪਿਆਰੇ ਪਿਆਰੇ ਨੇ ਬਾਈ ਆਪਦੇ ਬੱਚਿਆਂ ਦੇ ਲਈ ਜ਼ਰੂਰ ਖਰੀਦੇ ਹੋਣਾ ਇੱਕ ਅੱਛਾ ਇਹ ਕੀ ਰੇਟ ਕੀ ਆ ਰੇਟ ਤਾਂ ਵੀਰੇ ਦਾ 5 ਮੰਗੇ 5000 ਰੁਪਏ ਲਓ ਬਾਈ ਜੀ 5000 ਰੁਪਏ ਦੇ ਵਿੱਚ ਜਰਮਨ ਦੀ ਫੀਮੇਲ ਆ ਗਈ ਤੁਹਾਡੇ ਸਾਹਮਣੇ ਆ ਬਾਈ ਦੇਖ ਜਰਮਨ ਡੌਗ ਦੀ ਫੀਮੇਲ ਆ ਗਈ दोस्तों सारे ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਾਂ ਸਾਰੇ ਠੀਕ ਠਾਕ ਹੋਵਾਂਗੇ ਦੋਸਤੋ ਸਭ ਤੋਂ ਪਹਿਲਾਂ ਡੌਗ ਨੂੰ ਪਿਆਰ ਕਰਨ ਵਾਲੇ ਵੀਰ ਨਾਲ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਇਹਨਾਂ ਨੂੰ ਸਬਸਕ੍ਰਾਈਬ ਕਰ ਲਓ ਜ਼ਰੂਰੀ ਆਗਾ ਠੀਕ ਹੈ ਜੀ ਆਪਾਂ ਅੱਜ ਖੜੇ ਹਾਂ ਜੀ ਲੌਂਗੋਵਾਲ ਡੌਗ ਮਾਰਕੀਟ ਦੇ ਵਿੱਚ ਪੰਜਾਬ ਦੀ ਬਾਈ ਜੀ ਇੱਕੋ ਇੱਕ ਮਾਰਕੀਟ ਆ ਗਈ ਲੌਂਗੋਵਾਲ ਡੌਗ ਮਾਰਕੀਟ ਤੇ ਆਪਣੇ ਕੋਲ ਨੇ ਜਗਦੀਪ ਬਾਈ ਗੱਲਬਾਤ ਕਰ ਦੇਵਾਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਬਾਈ ਜੀ ਬਹੁਤ ਵਧੀਆ ਧੰਨਵਾਦ ਜੀ ਠੀਕ ਹੈ ਬਾਈ ਜੀ ਕਿਵੇਂ ਚੱਲਦਾ ਜੀ ਕੰਮ ਕਰ ਡੌਗ ਦਾ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣੀ ਚਾਹੂੰਗਾ ਜਿਵੇਂ ਬਾਈ ਤੁਸੀਂ ਆਖਿਆ ਵੀ ਪੰਜਾਬ ਦੀ ਇੱਕੋ ਇੱਕ ਡੌਗ ਮਾਰਕੀਟ ਆ ਇੱਕੋ ਇੱਕ ਮਾਰਕੀਟ ਹੈ ਜਿੱਥੇ ਪਸ਼ੂ ਪਾਲਣ ਧੰਦਾ ਹਾਂਜੀ ਕੀਤਾ ਜਾਂਦਾ ਹਾਂਜੀ ਤਾਂ ਮੈਂ ਵੀ ਇਹੀ ਕਹੂੰਗਾ ਵੀ ਸਭ ਪੰਜਾਬ ਦਾ ਮੇਨ ਇੱਕੋ ਇੱਕ ਚੈਨਲ ਹੈ ਇਹ ਲਤੀਲਾਣਾ ਧੂਰੀ ਜਿਹੜਾ ਪਸ਼ੂ ਪਾਲਣ ਨੂੰ ਪ੍ਰਮੋਟ ਕਰਦਾ ਠੀਕ ਹੈ ਜੀ ਠੀਕ ਹੈ ਨਾ ਜੋ ਪਸ਼ੂ ਪਾਲਣ ਲਈ ਬਹੁਤ ਜ਼ਿਆਦਾ ਵੀਡੀਓ ਕਿਸਾਨਾਂ ਤੱਕ ਪਹੁੰਚਾਉਂਦਾ ਹੈ ਵਪਾਰਕ ਲੈਣ ਤੱਕ ਪਹੁੰਚਾਉਂਦਾ ਹੈ ਸਿਰਫ ਇਕੱਲੇ ਸ਼ੋਅ ਹੁੰਦੇ ਹੈਗੇ ਦੇਖੋ ਸ਼ੋਅ ਵਾਸਤੇ ਬੜੇ ਸਾਰੇ ਚੈਨਲ ਹੈ ਜਿਹੜੇ ਪਹੁੰਚ ਜਾਂਦੇ ਆ ਪਰ ਜਿਹੜੀ ਡੌਗ ਮਾਰਕੀਟ ਹੈ ਜਿਹਦਾ ਪੱਕਾ ਪਲੇਟਫਾਰਮ ਮਿਲਣ ਜਾ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਉਹ ਹੈਗੀ ਲੌਂਗੋਵਾਲ ਡੌਗ ਮਾਰਕੀਟ ਇਹ ਬਾਈ ਜੀ ਦੇਖੋ ਕਈ ਵਾਰ ਵੀਡੀਓ ਪੈਂਦੀਆਂ ਰਹਿੰਦੀਆਂ ਚੈਨਲ 'ਤੇ ਵੀ ਇਹ ਇੰਨੇ ਦਾ ਕਿਸੇ ਵੀ ਵੀਰ ਨੇ ਬੜੇ ਘੱਟ ਰੇਟਾਂ ਦੇ ਵਿੱਚ ਆਪਣੇ ਜਾਨਵਰ ਖਰੀਦਣੇ ਆ ਠੀਕ ਹੈ ਕਿਸੇ ਵੀ ਵੀਰ ਨੇ ਆਪਣੇ ਜਾਨਵਰ ਵੇਚਣੇ ਆ ਤਾਂ ਉਹ ਆਪਦੀ ਕੁਆਲਿਟੀ ਮੁਤਾਬਕ ਉਹਨਾਂ ਨੂੰ ਇੱਥੇ ਰੇਟ ਵੀ ਮਿਲੂਗਾ ਅਤੇ ਖਰੀਦਣ ਵਾਲਿਆਂ ਨੂੰ ਰੇਂਜ 'ਚ ਵੀ ਮਿਲਣਗੇ ਸਹੀ ਗੱਲ ਆ ਬਾਈ ਠੀਕ ਹੈ ਜੀ ਤਾਂ ਉਹ ਲੌਂਗੋਵਾਲ ਮੰਡੀ ਦੀ ਲੋਕੇਸ਼ਨ ਤੁਸੀਂ ਫੋਨ 'ਤੇ ਮੰਗਵਾ ਸਕਦੇ ਹੋ ਅਤੇ ਸਿੱਧਾ ਲੌਂਗੋਵਾਲ ਪਹੁੰਚ ਕੇ ਤੁਸੀਂ ਆਪਣੀ ਮਰਜ਼ੀ ਨਾਲ ਲੈਬਰੇ ਪਪੀਰੀਅਨ ਗੱਦੀ ਸਿਟਜੂ ਬੜੀਆਂ ਜਾਨੀ ਕਿ ਬਹੁਤ ਸਾਰੀਆਂ ਨਸਲਾਂ ਨੇ ਵੀ ਉਹ ਤੁਸੀਂ ਆਪਣੀ ਇੱਛਾ ਨਾਲ ਇੱਕ ਜਗ੍ਹਾ ਤੋਂ ਖਰੀਦ ਸਕਦੇ ਹੋ ਠੀਕ ਹੈ ਬਾਈ ਜੀ ਹਾਂਜੀ ਹਾਂ ਲੋ ਜੀ ਬਾਈ ਜੀ ਆਪਣੇ ਬੱਚਿਆਂ ਦੇ ਲਈ ਪਿਆਰੇ ਪਿਆਰੇ ਕਤੂਰੇ ਲੈਂਦੇ ਨੇ ਨਾ ਖੇਡਣ ਵਾਸਤੇ ਕਤੂਰੇ ਲੈਂਦੇ ਲਈ ਇੱਕ ਵਾਰ ਲੌਂਗੋਵਾਲ ਮਾਰਕੀਟ ਦੇ ਵਿੱਚ ਜ਼ਰੂਰ ਪਹੁੰਚੋ ਪੂਰੇ ਜਾਇਜ਼ ਰੇਟ ਦੇ ਵਿੱਚ ਇੱਥੋਂ ਕਤੂਰੇ ਮਿਲਦੇ ਨੇ 1-15 ਤਰੀਕ ਦੀ ਮਾਰਕੀਟ ਹੁੰਦੀ ਆ ਬਾਕੀ ਆਪਾਂ ਗੇੜਾ ਮਾਰ ਦਿਆਂਗੇ ਮਾਰਕੀਟ ਦੇ ਵਿੱਚ ਦੇਖ ਦਾਂਗੇ ਕਿੱਦਾਂ ਦੇ ਵੀਰ ਕਤੂਰੇ ਉਰੇ ਲੈ ਕੇ ਆਏ ਨੇ ਕੀ ਰੇਟ ਹੈਗਾ ਚੱਲੀਏ ਬਾਈ ਜੀ ਬਿਲਕੁਲ ਜੀ ਬਿਲਕੁਲ ਮਹੀਨੇ ਦੀ 1-15 ਤਰੀਕ ਨੂੰ 1-15 ਨਹੀਂ 1-15 1-15 ਮਹੀਨੇ ਦੇ ਵਿੱਚ ਦੋ ਵਾਰ ਲੱਗਦੀ ਆ ਆਪਣੀ ਮਰਜ਼ੀ ਨਾਲ ਤੁਸੀਂ ਫੋਨ ਕਰਕੇ ਪੁੱਛ ਕੇ ਤੁਸੀਂ ਲੋਕੇਸ਼ਨ ਪਤਾ ਕਰ ਸਕਦੇ ਹੋ ਤੇ ਇੱਥੇ ਪਹੁੰਚ ਸਕਦੇ ਹੋ ਠੀਕ ਹੈ ਬਾਈ ਜੀ ਚਲੋ ਚੱਲਦੇ ਆ ਮਾਰਕੀਟ ਦੇ ਵਿੱਚ ਆ ਜਾਓ ਲਓ ਜੀ ਬਾਈ ਜੀ ਇੱਕ ਨਾ ਔਰ ਇੰਡੀਅਨ ਬਰੀਡ ਦੇ ਡੌਗ ਲੈ ਕੇ ਆਇਆ ਹੋਗਾ ਗੱਦੀ ਡੌਗ ਆਪਾਂ ਇਹਨਾਂ ਬਾਰੇ ਗੱਲਬਾਤ ਕਰ ਦਾਂਗੇ ਬਾਈ ਜੀ ਕੀ ਹਾਲ ਚਾਲ ਨੇ ਜੀ ਠੀਕ ਆ ਜੀ ਵਧੀਆ ਤੁਸੀਂ ਸੁਣਾਓ ਜੀ ਵਧੀਆ ਬਾਈ ਜੀ ਵਧੀਆ ਜੀ ਕਿੱਥੋਂ ਆਇਆ ਬਾਈ ਜੀ ਡਾਂਗੀਆਂ ਪਿੰਡ ਹੈ ਜਗਰਾਉਂ ਕੋਲ ਡਾਂਗੀਆਂ ਪਿੰਡ ਜਗਰਾਉਂ ਕੋਲ ਡਾਂਗੀਆਂ ਠੀਕ ਆ ਬਾਈ ਜੀ ਕਿੰਨੇ ਡੌਗ ਲੈ ਕੇ ਆਇਆ ਬਾਈ ਜੀ ਇਹ 3 ਲਿਆਂਦੇ ਸੀ ਇੱਕ ਸੇਲ ਹੋ ਗਏ ਮੇਲ ਕਿ ਫੀਮੇਲ ਮੇਲ ਸੇਲ ਹੋ ਗਏ ਅੱਛਾ ਇਹ ਕਿੰਨੇ ਦੋਨੇ ਜੀ ਇਹ ਫੀਮੇਲ ਆ ਜੀ ਫੀਮੇਲ ਆਣੀ ਕਿੰਨੇ ਕਿੰਨੇ ਟਾਈਮ ਦੀਆਂ ਹੋ ਗਈਆਂ ਜੀ ਇਹ 2 ਮਹੀਨੇ ਦੀ ਜੀ ਠੀਕ ਹੈ ਬਾਈ ਜੀ ਆਪਣੀ ਬਰੀਡ ਆ ਘਰ ਦੀ ਬਰੀਡ ਘਰ ਦੀ ਬਰੀਡ ਆ ਜੀ ਠੀਕ ਹੈ ਕਿੰਨੇ ਕੁੱਤੇ ਰੱਖੇ ਹੋਏ ਜੀ ਘਰੇ ਆਪਣੇ ਕੋਲ ਹੈਗਾ 4-5 ਜੀ 4-5 ਰੱਖੇ ਹੋਏ ਨੇ ਕਿਹੜੀ ਕਿਹੜੀ ਬਰੀਡ ਆ ਜੀ ਵੱਡੇ ਗੱਦੀ ਹੋਈ ਗੱਦੀ ਹੋ ਰੱਖਦੇ ਸਾਰੇ ਠੀਕ ਹੈ ਜੀ ਗੱਦੀ ਕਾਹਦੋਂ ਰੱਖਦੇ ਹੋ ਜੀ ਚੀਜ਼ ਹੀ ਵਧੀਆ ਜੀ ਇਹ ਬਿਮਾਰ ਨਹੀਂ ਹੁੰਦੀ ਇੱਕ ਤਾਂ ਠੀਕ ਹੈ ਜੀ ਕੋਈ ਖਰਚਾ ਨਹੀਂ ਬੜਾ ਇਹਨਾਂ ਦਾ ਸਹੀ ਗੱਲ ਆ ਬਾਈ ਜੀ ਗਾਹ ਡੌਗ ਹਨਾ ਵਧੀਆ ਗਾਹ ਡੌਗ ਹਨਾ ਕੋਈ ਮੈਡੀਕਲ ਖਰਚਾ ਨਹੀਂ ਠੀਕ ਹੈ ਜੀ ਠੀਕ ਬਿਨਾਂ ਕਿੰਨੇ ਕਿੰਨੇ ਮਹੀਨੇ ਦੇ ਕੈਸੇ ਹੈ ਇਹ 1-2 ਮਹੀਨੇ ਦੀ ਇੱਕ ਥੋੜ੍ਹੀ ਘੱਟ ਆ ਦੂੰ 20 ਦਿਨ ਠੀਕ ਹੈ ਰੇਟ ਕੀ ਹੈ ਜੀ ਰੇਟ 25,000 ਆ ਜੀ ਲਓ ਬਾਈ ਜੀ 25,000 ਰੁਪਏ ਇੱਕ ਤੱਕ ਦੋਨਾਂ ਦਾ ਜੀ ਇੱਕ ਦਾ ਜੀ ਇੱਕ ਦਾ ਬਾਈ ਜੀ 25,000 ਰੁਪਏ ਰੇਟ ਆ ਦੇਖ ਸਕਦੇ ਹੋਗੇ ਕੁਆਲਿਟੀ ਇੱਕ ਨੰਬਰ ਹੋਊਗੀ ਜੀ ਗਰੰਟੀ ਹੋਊਗੀ ਇੱਕ ਨੰਬਰ ਇੱਕ ਨੰਬਰ ਠੀਕ ਹੈ ਵੀਰੇ ਓਕੇ ਵੀਰੇ ਧੰਨਵਾਦ ਜੀ ਬਣੇ ਰਹੋ ਵੀਡੀਓ ਦੇ ਵਿੱਚ ਆ ਜਾਓ ਅੱਗੇ ਆ ਜਾ ਆਈ ਆ ਜਾ ਆਇਓ ਬਾਈ ਜੀ ਬਾਈ ਜੀ ਆਇਓ ਲੈ ਬਾਈ ਕਾਹ ਦਿਖਾਉਣਾ ਇਹਨੂੰ ਪਿਆਰੇ ਪਿਆਰੇ ਬੱਚੇ ਪਪੇਰੀਅਨ ਨੀਚੇ ਬਹਿ ਕੇ ਦਿਖਾ ਦੇ ਬੱਬੂ ਕੀ ਹਾਲ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਦਿਖਾਇਓ ਬਾਈ ਜੀ ਪਪੇਰੀਅਨ ਹਾਂਜੀ ਸਨੋ ਵਾਈਟ ਆ ਬਾਈ ਦੇਖ ਸਕਦੇ ਹੋਗੇ ਪਿਆਰੇ ਪਿਆਰੇ ਨੇ ਬਾਈ ਆਪਦੇ ਬੱਚਿਆਂ ਦੇ ਲਈ ਜ਼ਰੂਰ ਖਰੀਦੇ ਹੋਣਾ ਇੱਕ ਅੱਛਾ ਇਹ ਕਿੰਨੇ ਟਾਈਮ ਦੇ ਹੋਗੇ ਬਾਈ ਇਹ 40 ਦਿਨ ਦੇ ਬੱਚੇ ਨੇ 40 ਦਿਨਾਂ ਦੇ ਬੱਚੇ ਕੀ ਨੇ ਇਹ ਮੇਲ ਫੀਮੇਲ ਆ ਜੀ ਕਿੰਨੇ ਨੇ ਇਹ ਤਿੰਨ ਬੱਚੇ ਨੇ ਜੀ ਅੱਛਾ ਤਿੰਨ ਪਪੇਰੀਅਨ ਨੇ ਇੱਕ ਲੈਬਰੇ ਮੇਲ ਆ ਜੀ ਠੀਕ ਹੈ ਲੈਬਰੇ ਮੇਲ ਹੈ ਨਾ ਹਾਂਜੀ ਹਾਂਜੀ ਕੀ ਰੇਟ ਆ ਬਾਈ ਜੀ ਇਹਦਾ ਜੀ 5,000 ਆ ਦਿਖਾ ਬੱਬੂ ਲਓ ਬਾਈ ਜੀ 5,000 ਰੁਪਇਆ ਮੇਲ ਦਾ ਹਾਂਜੀ 4,000 ਫੀਮੇਲ ਦਾ 4,000 ਫੀਮੇਲ ਦਾ ਕੁਆਲਿਟੀ ਇੱਕ ਨੰਬਰ ਰਹੂਗਾ ਜੀ ਇੱਕ ਨੰਬਰ ਜੀ ਗਾਰੰਟੀ ਉਹ ਫੁੱਲ ਠੀਕ ਆ ਬਾਈ ਜੀ ਪੁਰਾਣਾ ਕੰਮ ਆ ਨਾ ਪੁਰਾਣਾ ਕੰਮ ਹੁਣ ਪਤਾ ਹੀ ਆ ਸਹੀ ਗੱਲ ਆ ਬਾਈ ਜੀ ਪਹਿਲਾਂ ਵੀ 14 ਸਾਲ ਹੋ ਗਏ ਕੰਮ ਕਰਦੇ ਜੀ ਠੀਕ ਆ ਬਾਈ ਜੀ ਉਹਦਾ ਕੀ ਰੇਟ ਆ ਬਾਈ ਜੀ ਉਹਦਾ 8,000 ਮੇਲ ਲਾਇਬ੍ਰੇਰੀ ਦਾ ਹਾਂਜੀ ਲਾਇਬ੍ਰੇਰੀ ਮੇਲ ਆ ਬਾਈ 8,000 ਰੁਪਏ ਦਾ ਨਾ ਖਰੀਦ ਸਕਦੇ ਹੋ ਬਾਈ ਜੀ ਜ਼ਰੂਰ ਪਹੁੰਚੋ ਲੌਂਗੋਵਾਲ ਡੌਗ ਮਾਰਕੀਟ ਦੇ ਵਿੱਚ 1-15 ਤਰੀਕ ਦੀ ਹੁੰਦੀ ਹੈਗੀ ਕੁਆਲਿਟੀ ਤੁਹਾਡੇ ਸਾਹਮਣੇ ਆ ਬਾਈ ਜੀ ਹਨਾ ਇੱਕ ਨੰਬਰ ਕੁਆਲਿਟੀ ਬਣੂ ਬਾਈ ਜੀ ਗਰੰਟੀ ਨਾਲ ਹਾਂ ਗਰੰਟੀ ਸਟੱਡ ਦਾ ਬੱਚਾ ਵੀ ਸਟੱਡ ਦਾ ਬੱਚਾ ਠੀਕ ਆ ਬਾਈ ਜੀ
चलो ठीक है भरे, धन्यवाद भाई जी। आओ भाई जी बने रहो वीडियो के बीच। आओ भाई बैठे ने भाई, की हाल चाल ने? कितों आए हो? संगाली पिंड। संगाली पिंड दो लैके आए हो? ना भरे, मैं मुंडे नाल आया। अच्छा, गड्डी नाल देखण आए हो गए? ठीक है जी। किवें लगी मार्केट? वधिया। ठीक है फिर, रेट किवें लग्या? वधिया, ठीक है। मैनू तो पता नहीं, मैं नाल आया। ठीक है, पहली बार आए हो? ठीक है भाई जी, चलो ठीक है भरे। अपने ने भरी साहब मुंडे नाल गलबात करते आप। की हाल ने भरे? की नाम आ? गुरशरण। कितों आया? लोहा खेड़ा। लोहा खेड़े तो आया भाई गुरशरण, देख सकते हो गए। ਕਿਹੜੀ ਬਰੀਡ ਹੈ? ਜਰਮਨ ਦੇ। ਲੈ ਬਈ ਜਰਮਨ ਕੰਪਨੀ ਦੇ ਬੱਚੇ ਰਹਿਣਾ ਵੀਰੇ। ਹਾਂ ਲੈ ਬਈ ਕੁਆਲਿਟੀ ਦੇਖ ਲੈ। ਕੰਨ ਜੇ ਕਿਵੇਂ ਚਿਪੇ ਚਪੇ ਨੇ ਕਿ ਡਰੇ ਨੇ? ਤਾਂ ਵੀਰੇ ਬਾਕੀ ਡਰੇ ਵੀ ਨੇ, ਬਾਕੀ ਪਿੰਜਰੇ 'ਚੋਂ ਬਾਹਰ ਨਹੀਂ ਕੱਢੇ। ਪਿੰਜਰੇ 'ਚੋਂ ਬਾਹਰ ਨਹੀਂ ਕੱਢੇ? ਕਿੰਨੇ ਕਿੰਨੇ ਟਾਈਮ ਦੇ ਹੋ ਗਏ ਇਹ? ਅਜੇ ਹੋ ਗਏ ਵੀਰੇ 35-35 ਦਿਨਾਂ ਦੀ। 35-35 ਦਿਨ ਵੈਕਸੀਨੇਸ਼ਨ ਕਰਾ ਲਈ ਕਿ ਹਜੇ ਕਰਾਉਣੀ ਆ? ਕਰਾਉਣੀ ਆ ਵੀਰੇ, ਕਰਾਉਣੀ ਆ। 35-35 ਦਿਨਾਂ ਦੇ ਹੋ ਗਏ। ਮੇਲ ਫੀਮੇਲ ਕੀ ਨੇ? ਫੀਮੇਲ ਹੀ ਨੇ ਦੋਏ। ਦੋਨੇ ਫੀਮੇਲ ਹੀ ਨੇ? ਕੀ ਰੇਟ ਕੀ ਆ? ਰੇਟ ਤਾਂ ਵੀਰੇ ਇਹਦਾ 5 ਮੰਗਿਆ। 5000 ਰੁਪਏ? ਲਓ ਬਾਈ ਜੀ 5000 ਰੁਪਏ ਦੇ ਵਿੱਚ ਜਰਮਨ ਦੀ ਫੀਮੇਲ ਹੈਗੀ ਤੁਹਾਡੇ ਸਾਹਮਣੇ। ਆਵੇ ਦੇਖਦਾ ਜਰਮਨ ਡੋਗ ਦੀ ਫੀਮੇਲ ਹੈਗੀ, ਕੁਆਲਿਟੀ ਤੁਹਾਡੇ ਸਾਹਮਣੇ ਹੈਗੀ। ਕਮੈਂਟ ਕਰਕੇ ਦੱਸੋ ਵੀ ਕਿੱਦਾਂ ਕੁਆਲਿਟੀ ਲੱਗ ਰਹੀ ਹੈਗੀ। ਵਾਲ ਕਿਵੇਂ ਵੱਡੇ ਵੱਡੇ ਹੋਣਗੇ? ਹਾਂ ਹਾਂ। ਕਿਵੇਂ ਸਿੰਗਲ ਕੋਟ ਹੈ? ਮੀਡੀਅਮ। ਮੀਡੀਅਮ ਆ? ਮੀਡੀਅਮ ਕੋਟ ਦਾ ਬੱਚਾ ਬਾਈ ਜੀ। ਹੋਰ ਕੀ ਹੁੰਦਾ? ਆਪਾਂ ਐਂ ਨਹੀਂ ਕਹਿੰਦੇ ਵੀ ਲੌਂਗ ਹੋਣ ਜਾਂ ਮੀਡੀਅਮ, ਇਹਦੀ ਮਾਂ ਮੀਡੀਅਮ ਆ, ਉੱਤੇ ਲੌਂਗ ਤੋਂ ਉੱਪਰ ਆਈ ਜਾਂ ਕਾਚੇ ਵੀ ਜਾ ਸਕਦੇ ਨੇ। ਠੀਕ, ਕੁਝ ਵੀ ਹੋ ਸਕਦਾ ਯਾਨੀ ਕਿ ਲੌਂਗ ਵੀ ਲੰਘ ਸਕਦੇ ਨੇ ਬਾਈ ਆਪਾਂ। ਠੀਕ ਹੈ ਬਾਈ, ਲਾਟਰੀ ਹੋਆ? ਹਾਂ ਲਾਟਰੀ ਹੈਗੀ, ਕੁਝ ਵੀ ਨਿਕਲ ਸਕਦਾ। ਲੈ ਬਾਈ ਜੀ ਲੌਂਗ ਵੀ ਹੋ ਸਕਦਾ ਬਾਈ ਕਹਿੰਦਾ, ਕਿਉਂਕਿ ਮਾਂ ਕਹਿੰਦਾ ਮੀਡੀਅਮ ਮੀਡੀਅਮ ਸੀਗੀ ਅਤੇ ਪਿਓਤੀ ਗਾ ਲੌਂਗ ਕੋਟ ਦੇ ਵਿੱਚ, ਹੈ ਨਾ। ਕੁਝ ਵੀ ਹੋ ਸਕਦਾ ਗਾ, ਵੱਡੇ ਹੋ ਕੇ ਪਤਾ ਲੱਗੂ। ਮੈਨੂੰ ਲੱਗਦਾ ਜਾਊਗਾ ਲੌਂਗ 'ਚ ਯਾਰ, ਮੇਰੇ ਹਿਸਾਬ ਨਾਲ ਤਾਂ ਨਾ, ਜਿਵੇਂ ਬੱਚੇ ਦੇ ਬਾਲ ਨੇ। ਹਾਂ 35-35 ਦਿਨਾਂ ਦੇ ਕਿਹਾ ਹੈਗਾ। ਰੇਟ ਕਿੰਨਾ ਕਿਹਾ ਹੈਗਾ? 5000 ਰੁਪਏ ਕਿਹਾ ਬਾਈ ਜੀ। ਪਹੁੰਚਿਓ ਜ਼ਰੂਰ ਲੌਂਗੋਵਾਲ ਡੋਗ ਮਾਰਕੀਟ ਦੇ ਵਿੱਚ, ਜੇ ਕਿਸੇ ਵੀ ਮੇਰੇ ਵੀਰ ਨੇ ਬੱਚੇ ਖਰੀਦਣੇ। ਠੀਕ ਹੈ ਵੀਰੇ, ਲਓ ਜੀ ਬਾਈ ਜੀ ਜਰਮਨ ਸੈਪਰ ਦਿਖਾਉਂਦੇ ਤੁਹਾਨੂੰ, ਅਤੇ ਬਾਈ ਨਾਲ ਗੱਲਬਾਤ ਕਰ ਦੇਵੇ। ਬਾਈ ਕੀ ਹਾਲ ਚਾਲ ਨੇ? ਠੀਕ ਹੈ ਜੀ, ਵਧੀਆ। ਠੀਕ ਹੈ ਬਾਈ, ਕਿੱਥੋਂ ਆਏ ਬਾਈ ਜੀ? ਉੱਬੇ ਪਿੰਡ ਤੋਂ, ਜ਼ਿਲ੍ਹਾ ਮਾਨਸਾ। ਠੀਕ ਹੈ ਜੀ, ਉੱਬੇ ਪਿੰਡ ਤੋਂ ਜ਼ਿਲ੍ਹਾ ਮਾਨਸਾ ਤੋਂ ਬਾਈ ਜੀ। ਜਰਮਨ ਸੈਪਰ ਲੈ ਕੇ ਆਇਓ? ਹਾਂਜੀ। ਠੀਕ ਹੈ ਜੀ, ਕਿੰਨੇ ਲੈ ਕੇ ਆਇਓ? 10 ਕਤੂਰੇ ਲੈ ਕੇ। 10 ਕਤੂਰੇ, ਠੀਕ ਹੈ ਬਾਈ ਜੀ। ਵਾਲ ਕਿਵੇਂ ਰਹਿਣਗੇ, ਲੰਮੇ ਰਹਿਣਗੇ ਜਾਂ ਫਿਰ ਕਿਵੇਂ? ਮੀਡੀਅਮ ਕੋਟ ਹੈ, ਹੈ ਲੌਂਗ ਕੋਟ ਦੀ। ਤਾਂ ਬਾਈ ਜੀ ਲੌਂਗ ਕੋਟ ਦੇ ਵਿੱਚ ਨੇ, ਦੇਖ ਸਕਦੇ ਹੋ। ਉਮਰ ਕਿੰਨੀ ਕਿੰਨੀ ਕਾ ਬਾਈ ਬੱਚਿਆਂ ਦੀ? ਇਹ 2 ਮਹੀਨੇ ਦੇ। 2-2 ਮਹੀਨਿਆਂ ਦੇ ਨੇ? ਮੇਲ ਫੀਮੇਲ ਕਿੰਨੇ ਕਿੰਨੇ ਨੇ? ਕੁੱਤੀਆਂ ਨੇਗੇ 4। ਹਾਂਜੀ, ਕੁੱਤੇ ਪਾਹਾਂ ਨੇਗੇ ਸੀ। ਠੀਕ ਆ ਬਾਈ ਜੀ, ਠੀਕ ਆ, ਦੇਖ ਸਕਦੇ ਹੋ ਬਾਈ ਜੀ। ਕੀ ਰੇਟ ਆ ਬਾਈ ਜੀ? ਰੇਟ ਤਾਂ ਜੀ ਇਹਨਾਂ ਦਾ 15-15 ਹਜ਼ਾਰ। 15-15 ਹਜ਼ਾਰ ਰੁਪਏ? ਲਓ ਬਾਈ ਜੀ 15-15 ਹਜ਼ਾਰ ਰੁਪਏ ਹੈਗਾ। ਬੱਬੂਆ ਦਿਖਾ ਦਿਓ ਉੱਪਰ ਇੱਕ ਵਾਰੀ, ਲੌਂਗ ਕੋਟ ਦੇ ਵਿੱਚ ਨੇ ਬਾਈ। ਕੁਆਲਿਟੀ ਬਾਈ ਤੁਹਾਡੇ ਸਾਹਮਣੇ ਆ, ਇੱਕ ਨੰਬਰ ਕੁਆਲਿਟੀ ਬਣੂ ਬਾਈ, ਗਰੰਟੀ ਹੋਊ ਪੂਰੀ। ਲਓ ਬਾਈ ਜੀ, ਬਾਈ ਕਹਿੰਦਾ ਗਰੰਟੀ ਹੋਊਗੀ ਪੂਰੀ, ਹੈ ਨਾ। ਕਿੰਨਾ ਟਾਈਮ ਹੋ ਗਿਆ ਬਾਈ ਜੀ ਕੰਮ ਕਰਦੇ ਨੂੰ? ਕੰਮ ਤਾਂ ਜੀ ਪਹਿਲੀ ਵਾਰ ਹੀ ਸ਼ੁਰੂ ਕੀਤੀ। ਪਹਿਲੀ ਵਾਰ ਸੂਈ ਹੈਗੀ? ਇਸ ਤੋਂ ਪਹਿਲਾਂ? ਇਸ ਤੋਂ ਪਹਿਲਾਂ ਹੈ ਨਹੀਂ ਸੀ। ਹੋਰ ਕਿਹੜਾ ਕੰਮ ਕਰਦੇ ਹੋ ਨਾਲ ਨਾਲ? ਹੋਰ ਤਾਂ ਖੇਤੀਬਾੜੀ। ਖੇਤੀਬਾੜੀ ਕਰਦੇ ਹੋ? ਠੀਕ ਹੈ ਬਾਈ ਜੀ। ਲਓ ਬਾਈ ਜੀ, ਬਾਈ ਕਹਿੰਦਾ ਪਹਿਲੀ ਵਾਰ ਕੁੱਤੀ ਸੂਈ ਸੀ, ਕਿੰਨੇ ਕਤੂਰੇ ਆਏ ਸੀ ਬਾਈ ਜੀ ਅੱਜ ਜੀ? ਇਹਦੇ 9 ਸੀ। 9 ਕਤੂਰੇ ਆਏ ਨੇ? ਇੰਨੇ ਆ ਜਾਂਦੇ ਨੇ 9-9 ਕਤੂਰੇ? ਦੇਖ ਲਓ ਬਾਈ, 9 ਕਤੂਰੇ ਆਏ ਸੀ। ਕੁੱਤੀਆਂ ਕਿੰਨੀਆਂ ਆਏ ਸੀ? ਕੁੱਤੇ ਕਿੰਨੇ ਆਏ ਸੀ? 4 ਕੁੱਤੀਆਂ ਸੀਗੀਆਂ, 5 ਕੁੱਤੇ। ਠੀਕ ਹੈ ਬਾਈ, 4 ਕੁੱਤੀਆਂ ਸੀ, 5 ਕੁੱਤੇ ਸੀ। ਕੁੱਤੇ ਦਾ ਰੇਟ ਕਿੰਨਾ ਕਿਹਾ ਸੀਗਾ? 15। ਕੁੱਤੇ ਦਾ 15, ਕੁੱਤੀ ਦਾ ਵੀ 15। ਤਾਂ ਬਾਈ 15-15 ਹਜ਼ਾਰ ਰੁਪਏ ਸਾਰਿਆਂ ਦਾ। ਠੀਕ ਹੈ, ਠੀਕ ਹੈ ਵੀਰੇ, ਧੰਨਵਾਦ।